ਇਸ ਵੇਲੇ ਮੌਜੂਦ ਹੈਗੇ ਨੇ ਸੰਜੇ ਤਲਵਾਰ, ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਕਾਂਗਰਸ ਦੇ, ਉਹਨਾਂ ਨਾਲ ਅਸੀਂ ਗੱਲ। ਸੰਜੇ ਜੀ, ਕੀ ਹੋਇਆ, ਕਿਸ ਚੀਜ਼ ਨੂੰ ਲੈ ਕੇ ਤੁਹਾਨੂੰ ਇਸ ਵੇਲੇ ਨਜ਼ਰਬੰਦ ਕੀਤਾ ਗਿਆ? ਰਵਨੀਤ ਸਿੰਘ ਬਿੱਟੂ ਨੂੰ ਨਜ਼ਰਬੰਦ ਕੀਤਾ ਗਿਆ। ਸਰ, ਇਸ ਹਲਕੇ 'ਚ ਸਾਡੇ 5 ਪ੍ਰੋਜੈਕਟ ਆ ਜਿਹੜੇ ਚੱਲ ਰਹੇ ਆ, ਜਿਹਦੇ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਕਮਿਊਨਿਟੀ ਸੈਂਟਰ ਬਣ ਰਿਹਾ, ਔਰ ਉਹਦੇ ਨਾਲ ਨਾਲ 66 KV ਦਾ ਸਬਸਟੇਸ਼ਨ, 2 ਸਕੂਲ ਬਣ ਰਹੇ ਆ, ਔਰ ਇੱਕ ਹੋਰ ਕਲੱਬ ਬਣ ਰਿਹਾ। ਅਤੇ MP ਸਾਹਿਬ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਸੰਜੇ ਮੈਨੂੰ ਆਪਣੇ ਇਲਾਕੇ 'ਚ ਇਸ ਹਲਕੇ ਜਿਹੜੇ ਪ੍ਰੋਜੈਕਟ ਚੱਲ ਰਹੇ ਆ, ਮੈਂ ਵਿਜ਼ਿਟ ਕਰਨਾ ਚਾਹੁੰਦਾ ਕਿ ਕਿਹੋ ਜਿਹੇ ਬਣੇ। ਸੋ ਵੀ ਵਾਂਟ ਟੂ ਗੋ ਦੇਅਰ ਫੋਰ ਵਿਜ਼ਿਟ। ਅਤੇ ਹੁਣ ਸਾਨੂੰ ਬਾਹਰ ਆ ਕੇ ਪਤਾ ਲੱਗਿਆ ਕਿ ਇਹਨਾਂ ਨੇ ਆ ਰੱਸੀਆਂ ਲਾ ਕੇ ਜਿਹੜਾ ਇਹਨੂੰ ਗੇਟ ਨੂੰ ਲੋਕ ਕਰਤਾ, ਔਰ ਉਸ ਕਮਿਊਨਿਟੀ ਸੈਂਟਰ ਦੇ ਬਾਹਰ ਵੀ ਇਹਨਾਂ ਨੇ ਪੁਲਿਸ ਲਗਾ ਤੀ ਸਾਰੇ ਥਾਣਿਆਂ ਦੀ। ਕੀ ਲੱਗਦਾ ਸਰ, ਇੱਦਾਂ ਕਿਉਂ ਕਿ ਪਰਫੋਰਮੈਂਸ ਦੇ ਉੱਤੇ? ਮੈਨੂੰ ਲੱਗਦਾ ਵੀ ਡਰ ਕੀ ਚੀਜ਼ ਹੈ? ਜੇ ਪ੍ਰੋਜੈਕਟ ਆਮ ਆਦਮੀ ਪਾਰਟੀ ਨੇ ਬਣਾਏ ਹੈ ਅਤੇ ਸੰਜੇ ਤਲਵਾ ਅਤੇ ਰਵਨੀਤ ਬਿੱਟੂ ਉਹਦਾ ਮੂਠ ਕਿਵੇਂ ਕਰ ਸਕਦੇ ਹੈ? ਜੇ ਕਾਂਗਰਸ ਨੇ ਬਣਾਏ ਹੈ ਅਤੇ ਵੀ ਜਸਟ ਵਾਂਟ ਟੂ ਗੋ ਦੇਅਰ ਟੂ ਸੀ ਵੀ ਇਹਦੇ 'ਚ ਕੋਈ ਕਮੀ ਤਾਂ ਨਹੀਂ ਹੈ, ਕੋਈ ਪ੍ਰੋਜੈਕਟ 'ਚ ਕੁਛ ਰਿਹਾ ਤਾਂ ਨਹੀਂ ਗਿਆ, ਕਿਉਂਕਿ ਜੋ ਅਸੀਂ ਪਲਾਨ ਕੀਤਾ ਸੀ ਉਹ ਸਾਨੂੰ ਪਤਾ, ਇਹਨਾਂ ਲੋਕਾਂ ਨੂੰ ਨਹੀਂ ਪਤਾ। ਤੁਹਾਨੂੰ ਕਿ ਇੱਦਾਂ ਨਜ਼ਰਬੰਦ ਕਰਨਾ ਇਹ ਗੈਰ ਕਾਨੂੰਨੀ? ਤੁਹਾਡੇ ਸਾਹਮਣੇ ਹੈ, ਅੱਜ ਤੱਕ ਨਜ਼ਰਬੰਦ ਸਿਰਫ ਇਸ ਕਰਕੇ ਕੀਤਾ ਜਾਂਦਾ ਹੈ ਕਿ ਕੋਈ ਇਹੋ ਜਿਹੀ ਐਕਟੀਵਿਟੀਜ਼ ਨਾ ਕੋਈ ਕਰ ਰਿਹਾ ਹੋਵੇ। ਅਸੀਂ ਤਾਂ ਕੁਛ ਕਰ ਹੀ ਨਹੀਂ ਰਹੇ, ਨਾ ਸਾਡਾ ਕੋਈ ਐਜੀਟੇਸ਼ਨ ਹੈ, ਨਾ ਧਰਨਾ, ਨਾ ਅਸੀਂ ਕਿਸੇ ਸਰਕਾਰੀ ਦਫ਼ਤਰ ਦਾ ਘਿਰਾਵ ਕਰ ਰਹੇ ਹਾਂ, ਨਾ ਕਿਸੇ MLA ਦਾ ਘਰ ਦਾ ਘਿਰਾਵ ਕਰ ਰਹੇ ਹਾਂ। ਅਸੀਂ ਤਾਂ ਜਸਟ ਆਪਣੇ ਪ੍ਰੋਜੈਕਟ ਦੇਖਣ ਜਾ ਰਹੇ ਸੀ। ਅਗਲਾ ਕਦਮ ਕੀ ਰਹੂਗਾ ਕਾਂਗਰਸ ਦਾ? ਹਾਂ, ਬਿੱਟੂ ਜੀ ਨਾਲ ਡਿਸਕਸ ਕਰਕੇ ਪ੍ਰੋਜੈਕਟਾਂ ਦੇ ਤਾਂ ਅਸੀਂ ਜਾਵਾਂਗੇ, ਕਿੰਨੀ ਦੇਰ ਬੰਦ ਕਰ ਲੈਣਗੇ, ਅੱਜ ਨਹੀਂ ਕੱਲ੍ਹ ਚੱਲ ਜਾਵਾਂਗੇ, ਉਹ ਤਾਂ ਹਰ ਬੰਦੇ ਦਾ ਰਾਈਟ ਹੈ ਉੱਥੇ ਜਾਣ ਦਾ, ਉਹਨੂੰ ਦੇਖਣ ਦਾ। ਇਹਦੇ ਪਿੱਛੇ ਕਾਰਨ ਕੀ ਲੱਗਦਾ, ਕਿਹਦੀ ਕਿਹਦੀ ਸ਼ਰਾਰਤ ਲੱਗਦੀ ਹੈ? ਹਜੇ ਤੱਕ ਤਾਂ ਸਾਨੂੰ ਇਹੀ ਨਹੀਂ ਪਤਾ ਸੀਗਾ ਕਿ ਬਾਹਰ ਇਹ ਰੱਸੇ ਲਗਾ ਦਿੱਤੇ ਗਏ, ਅਸੀਂ ਤਾਂ ਜਸਟ ਅੰਦਰ ਬੈਠੇ ਸੀਗੇ, ਚਾਹ ਪੀ ਰਹੇ ਸੀਗੇ। ਹੁਣ ਪਤਾ ਲੱਗਿਆ ਕਿ ਇੱਦਾਂ ਦੇ ਬਾਹਰ ਇਹਨਾਂ ਨੇ ਲੋਕ ਕਰਤਾ। ਬਿੱਟੂ ਜੀ ਉੱਪਰ ਗੱਲ ਕਰਨਗੇ, ਚਾਹੇ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ, ਵੀ ਦਿਸ ਇਨ ਦਾ ਰਾਈਟ ਵੇ। ਕਾਂਗਰਸ ਇਸ ਚੀਜ਼ ਦਾ ਪੁਰਜ਼ੋਰ, ਅਸੀਂ ਵਿਰੋਧ ਵੀ ਕਰਦੇ ਹਾਂ ਇਸ ਚੀਜ਼ ਦਾ, ਔਰ ਇੱਦਾਂ ਕਾਂਗਰਸ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਆਉਣ ਵਾਲੇ ਦਿਨਾਂ 'ਚ ਹੋਰ ਵੱਡਾ ਪ੍ਰੋਟੈਸਟ? ਹਾਂ, ਪ੍ਰੋਟੈਸਟ ਵੀ ਹੋਣਗੇ ਅਤੇ ਜਿਹੜੇ ਪ੍ਰੋਜੈਕਟ ਆਉਣ ਦੇ ਸ਼ੁਰੂ ਕੀਤੇ ਅਸੀਂ ਵਿਜ਼ਿਟ ਵੀ ਕਰਾਂਗੇ, ਦਿਸ ਇਜ਼ ਆਵਰ ਰਾਈਟ। ਪ੍ਰੋਜੈਕਟ ਕੀ ਕਿਸ ਟਾਈਮ 'ਤੇ ਸ਼ੁਰੂ ਹੋਇਆ ਸੀ ਔਰ ਕਿੰਨੇ ਸ਼ੁਰੂ ਕਰਾਇਆ ਸੀ? ਅੱਜ ਤੋਂ 4 ਸਾਲ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੀ, ਮੈਂ ਉਸ ਹਲਕੇ ਦਾ MLA ਸੀ, ਸਾਰੇ ਪ੍ਰੋਜੈਕਟ ਜਿਹੜੇ ਆ ਅਸੀਂ ਸ਼ੁਰੂ ਕੀਤੇ ਸੀ। ਉਹਦੇ 'ਚ ਆਮ ਆਦਮੀ ਪਾਰਟੀ ਸਰਕਾਰ ਦਾ ਕੋਈ ਰੋਲ ਨਹੀਂ ਹੈ, ਔਰ ਅਸੀਂ ਸਿਰਫ ਵਿਜ਼ਿਟ ਕਰਨ ਜਾ ਰਹੇ ਹਾਂ, ਅਸੀਂ ਕੁਛ ਕਰਨ ਨਹੀਂ ਜਾ ਰਹੇ। ਅਤੇ ਵਾਏ ਦੇ ਵਰੀਡ ਅਬਾਊਟ, 100% ਜਾਇਆ ਜਾਊਗਾ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਸੰਜੇ ਤਲਵਾਰ ਜਿਹੜੇ ਸੀਗੇ, ਉਹਨਾਂ ਨਾਲ ਅਸੀਂ ਗੱਲ ਕੀਤੀ ਹੈ, ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਵਾ ਕਿ ਇੱਕ ਪ੍ਰੋਜੈਕਟ ਸੀਗਾ ਜਿਹੜਾ ਕਿ ਈਸਟ ਹਲਕੇ ਦੇ ਵਿੱਚ ਸੀਗਾ, ਉਸ ਚੀਜ਼ ਨੂੰ ਦੇਖਣ ਵਾਸਤੇ ਜਾ ਰਹੇ ਸੀਗੇ ਅਤੇ ਜਿਸ ਦੌਰਾਨ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਵਾ। ਦੇਖਣਾ ਇਹ ਹੋਵੇਗਾ ਕਿ ਹੁਣ ਪੁਲਿਸ ਇਸ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਸੁਲਝਾਉਂਦੀ ਹੈ, ਔਰ ਜਿਹੜੇ ਕਾਂਗਰਸੀ ਵਰਕਰ ਹੈ ਉਹ ਇਸ ਚੀਜ਼ ਦਾ ਕਿਸ ਤਰੀਕੇ ਨਾਲ ਵਿਰੋਧ ਕਰਦੇ ਨੇ। ਜਹਾਂ ਤੋਂ ਰੋਹਿਤ ਗੌੜ, ਨਿਊਜ਼ 18। ਇਸ ਵੇਲੇ ਮੌਜੂਦ ਹੈਗੇ ਨੇ ਸੰਜੇ ਤਲਵਾਰ, ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਕਾਂਗਰਸ ਦੇ, ਉਹਨਾਂ ਨਾਲ ਅਸੀਂ ਗੱਲ। ਸੰਜੇ ਜੀ, ਕੀ ਹੋਇਆ, ਕਿਸ ਚੀਜ਼ ਨੂੰ ਲੈ ਕੇ ਤੁਹਾਨੂੰ ਇਸ ਵੇਲੇ ਨਜ਼ਰਬੰਦ ਕੀਤਾ ਗਿਆ? ਰਵਨੀਤ ਸਿੰਘ ਬਿੱਟੂ ਨੂੰ ਨਜ਼ਰਬੰਦ ਕੀਤਾ ਗਿਆ? ਸਰ, ਇਸ ਹਲਕੇ 'ਚ ਸਾਡੇ 5 ਪ੍ਰੋਜੈਕਟ ਆ ਜਿਹੜੇ ਚੱਲ ਰਹੇ ਆ, ਜਿਹਦੇ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਕਮਿਊਨਿਟੀ ਸੈਂਟਰ ਬਣ ਰਿਹਾ, ਔਰ ਉਹਦੇ ਨਾਲ ਨਾਲ 66 KV ਦਾ ਸਬਸਟੇਸ਼ਨ, 2 ਸਕੂਲ ਬਣ ਰਹੇ ਆ, ਔਰ ਇੱਕ ਹੋਰ ਕਲੱਬ ਬਣ ਰਿਹਾ। ਅਤੇ MP ਸਾਹਿਬ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਸੰਜੇ ਮੈਨੂੰ ਆਪਣੇ ਇਲਾਕੇ 'ਚ ਇਸ ਹਲਕੇ ਜਿਹੜੇ ਪ੍ਰੋਜੈਕਟ ਚੱਲ ਰਹੇ ਆ, ਮੈਂ ਵਿਜ਼ਿਟ ਕਰਨਾ ਚਾਹੁੰਦਾ ਕਿ ਕਿਹੋ ਜਿਹੇ ਬਣੇ। ਸੋ ਵੀ ਵਾਂਟ ਟੂ ਗੋ ਦੇਅਰ ਫੋਰ ਵਿਜ਼ਿਟ। ਅਤੇ ਹੁਣ ਸਾਨੂੰ ਬਾਹਰ ਆ ਕੇ ਪਤਾ ਲੱਗਿਆ ਕਿ ਇਹਨਾਂ ਨੇ ਆ ਰੱਸੀਆਂ ਲਾ ਕੇ ਜਿਹੜਾ ਇਹਨੂੰ ਗੇਟ ਨੂੰ ਲੋਕ ਕਰਤਾ, ਔਰ ਉਸ ਕਮਿਊਨਿਟੀ ਸੈਂਟਰ ਦੇ ਬਾਹਰ ਵੀ ਇਹਨਾਂ ਨੇ ਪੁਲਿਸ ਲਗਾ ਤੀ ਸਾਰੇ ਥਾਣਿਆਂ ਦੀ। ਕੀ ਲੱਗਦਾ ਸਰ, ਇੱਦਾਂ ਕਿਉਂ ਕਿ ਪਰਫੋਰਮੈਂਸ ਦੇ ਉੱਤੇ? ਮੈਨੂੰ ਲੱਗਦਾ ਵੀ ਡਰ ਕੀ ਚੀਜ਼ ਹੈ? ਜੇ ਪ੍ਰੋਜੈਕਟ ਆਮ ਆਦਮੀ ਪਾਰਟੀ ਨੇ ਬਣਾਏ ਹੈ ਅਤੇ ਸੰਜੇ ਤਲਵਾ ਅਤੇ ਰਵਨੀਤ ਬਿੱਟੂ ਉਹਦਾ ਮੂਠ ਕਿਵੇਂ ਕਰ ਸਕਦੇ ਹੈ? ਜੇ ਕਾਂਗਰਸ ਨੇ ਬਣਾਏ ਹੈ ਅਤੇ ਵੀ ਜਸਟ ਵਾਂਟ ਟੂ ਗੋ ਦੇਅਰ ਟੂ ਸੀ
ਵੀ ਇਹਦੇ 'ਚ ਕੋਈ ਕਮੀ ਤਾਂ ਨਹੀਂ ਹੈ, ਕੋਈ ਪ੍ਰੋਜੈਕਟ 'ਚ ਕੁਛ ਰਿਹਾ ਤਾਂ ਨਹੀਂ ਗਿਆ, ਕਿਉਂਕਿ ਜੋ ਅਸੀਂ ਪਲਾਨ ਕੀਤਾ ਸੀ ਉਹ ਸਾਨੂੰ ਪਤਾ, ਇਹਨਾਂ ਨੂੰ ਲੋਕਾਂ ਨੂੰ ਨਹੀਂ ਪਤਾ। ਤੁਹਾਨੂੰ ਇੱਦਾਂ ਨਜ਼ਰਬੰਦ ਕਰਨਾ ਇਹ ਗੈਰ ਕਾਨੂੰਨੀ ਤੁਹਾਡੇ ਸਾਹਮਣੇ ਹੈ? ਅੱਜ ਤੱਕ ਨਜ਼ਰਬੰਦ ਸਿਰਫ ਇਸ ਕਰਕੇ ਕੀਤਾ ਜਾਂਦਾ ਹੈ ਕਿ ਕੋਈ ਇਹੋ ਜਿਹੀ ਐਕਟੀਵਿਟੀਜ਼ ਨਾ ਕੋਈ ਕਰ ਰਿਹਾ ਹੋਵੇ। ਅਸੀਂ ਤਾਂ ਕੁਛ ਕਰ ਹੀ ਨਹੀਂ ਰਹੇ, ਨਾ ਸਾਡਾ ਕੋਈ ਐਜੀਟੇਸ਼ਨ ਹੈ, ਨਾ ਧਰਨਾ ਹੈ, ਨਾ ਅਸੀਂ ਕਿਸੇ ਸਰਕਾਰੀ ਦਫ਼ਤਰ ਦਾ ਘਿਰਾਵ ਕਰ ਰਹੇ ਹਾਂ, ਨਾ ਕਿਸੇ MLA ਦਾ ਘਰ ਦਾ ਘਿਰਾਵ ਕਰ ਰਹੇ ਹਾਂ। ਅਸੀਂ ਤਾਂ ਜਸਟ ਆਪਣੇ ਪ੍ਰੋਜੈਕਟ ਦੇਖਣ ਜਾ ਰਹੇ ਚਾਹ ਰਹੇ ਸੀ। ਅਗਲਾ ਕਦਮ ਕੀ ਰਹੂਗਾ ਕਾਂਗਰਸ ਦਾ? ਹਾਂ ਬਿੱਟੂ ਜੀ ਨਾਲ ਡਿਸਕਸ ਕਰਕੇ ਪ੍ਰੋਜੈਕਟਾਂ 'ਤੇ ਤਾਂ ਅਸੀਂ ਜਾਵਾਂਗੇ, ਕਿੰਨੀ ਦੇਰ ਬੰਦ ਕਰ ਲੈਣਗੇ, ਅੱਜ ਨਹੀਂ ਕੱਲ੍ਹ ਚੱਲ ਜਾਵਾਂਗੇ। ਉਹ ਤਾਂ ਹਰ ਬੰਦੇ ਦਾ ਰਾਈਟ ਹੈ ਉੱਥੇ ਜਾਣ ਦਾ, ਉਹਨੂੰ ਦੇਖਣ ਦਾ। ਇਹਦੇ ਪਿੱਛੇ ਕਾਰਨ ਕੀ ਲੱਗਦਾ, ਕਿਹਦੀ ਕਿਹਦੀ ਸ਼ਰਾਰਤ ਲੱਗਦੀ ਹੈ? ਹਜੇ ਤੱਕ ਤਾਂ ਸਾਨੂੰ ਇਹੀ ਨਹੀਂ ਪਤਾ ਸੀਗਾ ਕਿ ਬਾਹਰ ਰੱਸੇ ਲਗਾ ਦਿੱਤੇ ਗਏ, ਅਸੀਂ ਤਾਂ ਜਸਟ ਅੰਦਰ ਬੈਠੇ ਸੀਗੇ, ਚਾਹ ਪੀ ਰਹੇ ਸੀਗੇ। ਹੁਣ ਪਤਾ ਲੱਗਿਆ ਕਿ ਇੱਦਾਂ ਦੇ ਬਾਹਰ ਇਹਨਾਂ ਨੇ ਲੋਕ ਕਰਤਾ। ਬਿੱਟੂ ਜੀ ਉੱਪਰ ਗੱਲ ਕਰਨਗੇ, ਚਾਹੇ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ, ਵੀ ਦਿਸ ਇਜ਼ ਨੋਟ ਦਾ ਰਾਈਟ ਵੇ। ਕਾਂਗਰਸ ਇਸ ਚੀਜ਼ ਦਾ ਪੁਰਜ਼ੋਰ, ਅਸੀਂ ਵਿਰੋਧ ਵੀ ਕਰਦੇ ਹਾਂ ਇਸ ਚੀਜ਼ ਦਾ, ਔਰ ਇੱਦਾਂ ਕਾਂਗਰਸ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਹਾਂ ਪ੍ਰੋਟੈਸਟ ਵੀ ਹੋਣਗੇ, ਅਤੇ ਜਿਹੜੇ ਪ੍ਰੋਜੈਕਟ ਆਉਣ ਨੇ ਸ਼ੁਰੂ ਕੀਤੇ ਅਸੀਂ ਵਿਜ਼ਿਟ ਵੀ ਕਰਾਂਗੇ, ਦਿਸ ਇਜ਼ ਆਵਰ ਰਾਈਟ। ਪ੍ਰੋਜੈਕਟ ਕਿਸ ਟਾਈਮ 'ਤੇ ਸ਼ੁਰੂ ਹੋਇਆ ਸੀ ਔਰ ਕਿੰਨੇ ਸ਼ੁਰੂ ਕਰਾਇਆ ਸੀ? ਅੱਜ ਤੋਂ 4 ਸਾਲ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੀ, ਮੈਂ ਉਸ ਹਲਕੇ ਦਾ MLA ਸੀ, ਸਾਰੇ ਪ੍ਰੋਜੈਕਟ ਜਿਹੜੇ ਆ ਅਸੀਂ ਸ਼ੁਰੂ ਕੀਤੇ ਸੀ। ਉਹਦੇ 'ਚ ਆਮ ਆਦਮੀ ਪਾਰਟੀ ਸਰਕਾਰ ਦਾ ਕੋਈ ਰੋਲ ਨਹੀਂ ਹੈ, ਔਰ ਅਸੀਂ ਸਿਰਫ ਵਿਜ਼ਿਟ ਕਰਨ ਜਾ ਰਹੇ ਹਾਂ, ਅਸੀਂ ਕੁਛ ਕਰਨ ਨਹੀਂ ਜਾ ਰਹੇ। ਅਤੇ ਵਾਏ ਦੇ ਵਰੀਡ ਅਬਾਊਟ, 100% ਜਾਇਆ ਜਾਊਗਾ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੰਜੇ ਤਲਵਾਰ ਜਿਹੜੇ ਸੀਗੇ ਉਹਨਾਂ ਨਾਲ ਅਸੀਂ ਗੱਲ ਕੀਤੀ ਹੈ, ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਵਾ ਕਿ ਇੱਕ ਪ੍ਰੋਜੈਕਟ ਸੀਗਾ ਜਿਹੜਾ ਕਿ ਈਸਟ ਹਲਕੇ ਦੇ ਵਿੱਚ ਸੀਗਾ, ਉਸ ਚੀਜ਼ ਨੂੰ ਦੇਖਣ ਵਾਸਤੇ ਜਾ ਰਹੇ ਸੀਗੇ, ਅਤੇ ਜਿਸ ਦੌਰਾਨ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਵਾ। ਦੇਖਣਾ ਇਹ ਹੋਵੇਗਾ ਕਿ ਹੁਣ ਪੁਲਿਸ ਇਸ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਸੁਲਝਾਉਂਦੀ ਹੈ, ਔਰ ਜਿਹੜੇ ਕਾਂਗਰਸੀ ਵਰਕਰ ਹੈ ਉਹ ਇਸ ਚੀਜ਼ ਦਾ ਕਿਸ ਤਰੀਕੇ ਨਾਲ ਵਿਰੋਧ ਕਰਦੇ ਨੇ। ਵਿਧਾਨ ਤੋਂ ਰੋਹਿਤ ਗੌੜ, ਨਿਊਜ਼ 18।